ਜਲੰਧਰ ਵਿੱਚ 3 ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 10 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਜਲੰਧਰ ਵਿੱਚ 3 ਦੁਕਾਨਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਵਨੀਤ ਨੇ ਦੱਸਿਆ ਕਿ ਸੰਤੋਖਪੁਰਾ ਸਥਿਤ ਰਾਤ ਨੂੰ 11 ਵਜੇ ਦੇ ਕਰੀਬ ਅੱਗ ਲੱਗ ਗਈ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਰਾਤ ਨੂੰ 1 ਵਜੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅੱਗ ਬੁਝਾਉਣ ਵਾਲੀਆਂ 6 ਗੱਡੀਆਂ ਨੇ ਸਖ਼ਤ ਜੱਦੋਜਹਿਦ ਨਾਲ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਕਾਂ ਦਾ ਕਹਿਣਾ ਸੀ ਕਿ ਉਹਨਾਂ ਦਾ 10 ਲੱਖ ਦੇ ਕਰੀਬ ਮਾਲੀ ਨੁਕਸਾਨ ਹੋ ਗਿਆ। ਵਿਕੀ ਸੋਫਟਵੇਅਰ ਮੇਰੀ ਦੁਕਾਨ ਦਾ ਨਾਮ ਹੈ ਅਤੇ 11 ਵਜੇ ਦੁਕਾਨਾਂ ਮੈਂ ਬੰਦ ਕਰਕੇ ਗਿਆ। ਪੌਣੇ 1 ਵਜੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਿ ਵੀ ਤੁਹਾਡੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਹੈ ਅਤੇ ਮੈਂ ਦੁਕਾਨਾਂ 'ਤੇ ਵਾਪਸ ਆਇਆ ਅਤੇ ਪਹਿਲਾਂ 1 ਦੁਕਾਨ ਲੱਗੀ ਹੈ, ਫਿਰ ਦੂਜੀ ਨੂੰ ਫਾਇਰ ਬ੍ਰਿਗੇਡ ਵਾਲੀ ਗੱਡੀਆਂ ਪਰ ਬੁਝਾ ਨਹੀਂ ਸਕੇ। ਫਿਰ 6 ਗੱਡੀਆਂ ਆਈਆਂ, ਉਹਨਾਂ ਨੇ ਅੱਗ ਬੁਝਾਈ ਆ, ਮਗਰ ਉਹਦੇ ਬਾਵਜੂਦ ਵੀ ਕੁਛ ਨਹੀਂ ਬਚਿਆ। ਅਤੇ ਜੋ ਮੈਨੂੰ ਲੱਗਦਾ ਮੇਰੀ ਦੁਕਾਨ ਨੂੰ ਸ਼ੋਰਟ ਸਰਕਟ ਨਹੀਂ ਹੋਇਆ, ਕਿਸੇ ਨੇ ਦੁਕਾਨ ਨੂੰ ਅੱਗ ਲਾਈ ਗਈ, ਸ਼ਰਾਰਤ ਕੀਤੀ ਹੈ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਤੁਹਾਡਾ? 10 ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਰ, ਸਵਾ 1 ਵਜੇ ਫੋਨ ਆਇਆ ਕਿ ਕਿਸ਼ਨਪੁਰਾ ਚੌਂਕ ਅੱਗ ਲੱਗੀ ਹੈ ਅਤੇ ਬੂਟਾਂ ਦੀ ਦੁਕਾਨ ਨੂੰ ਅੱਗ ਲੱਗੀ ਹੈ। ਜਾ ਕੇ ਮੌਕੇ 'ਤੇ ਦੇਖਿਆ, ਗੱਡੀਆਂ 3 ਗੱਡੀਆਂ ਮੌਕੇ 'ਤੇ ਭੇਜ ਦਿੱਤੀਆਂ ਗਈਆਂ, ਜੋ ਕਿ ਅੱਗ ਤੁਰੰਤ ਬੁਝਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਅਤੇ ਬੂਟਾਂ ਦੀ ਦੁਕਾਨ ਜਿਹੜੀ ਸੀ ਉਹ ਸਾਰੀ ਸੜ ਗਈ, ਗਰਾਊਂਡ ਪਲੱਸ ਸੀ। ਸਰ, ਕਿੰਨੀਆਂ ਟੋਟਲ ਗੱਡੀਆਂ ਲੱਗੀਆਂ ਜੀ? 15 ਗੱਡੀਆਂ ਲੱਗੀਆਂ। ਸਰ, ਅੱਗ ਦਾ ਵੀ ਕਾਰਨ ਪਤਾ ਲੱਗਿਆ? ਇਲੈਕਟ੍ਰਿਕ ਸ਼ੋਰਟ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।